मंत्री साहब वालों जी गल कही गई है कि जिहड़ियां 75 साल उलझना उन्होंने सिरा लभण वास्ते कुछ तो टाइम लगेगा। महिलावां नूं हज़ार हज़ार रुपये का इंतजार कदों शुरू होगा? इहदे लई जिहड़ा ना वो जाते जाते खजाने का थला ही लै गए थला लग जाए खजाने रौनक हो जाए हो जाना ठीक है। 75 ਸਾਲਾਂ ਦੀਆਂ ਉਲਝਣਾਂ ਦਾ ਸਿਰਾ ਲੱਭਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਾਂ ਜ਼ਰੂਰ ਲੱਗ ਰਿਹਾ ਇਹ ਕਹਿਣਾ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦਾ। ਜੀ ਹਾਂ, ਤੁਹਾਨੂੰ ਦੱਸੀ ਕਿ ਅੱਜ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਕੁਲਤਾਰ ਸਿੰਘ ਸੰਧਵਾ ਨਤਮਸਤਕ ਹੋਣ ਲਈ ਪਹੁੰਚੇ, ਜਿਸ ਤੋਂ ਬਾਅਦ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਪੰਜਾਬ ਦੇ ਮੁੱਦੇ ਨੂੰ ਲੈ ਕੇ ਹਰ ਰੋਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਗੱਲਬਾਤ ਕਰਦੇ ਨੇ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਿਕਾਸ ਲਈ ਥੋੜ੍ਹਾ ਇੰਤਜ਼ਾਰ ਕਰਨਾ ਪਵੇਗਾ, ਕਿਉਂਕਿ 75 ਸਾਲਾਂ ਦੀਆਂ ਉਲਝਣਾਂ ਦਾ ਸਿਰਾ ਲੱਭਣ ਦੇ ਵਿੱਚ ਕੁਝ ਸਮਾਂ ਜ਼ਰੂਰ ਲੱਗ ਰਿਹਾ। ਇਸ ਦੇ ਨਾਲ ਹੀ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਜੇਕਰ ਪੰਜਾਬ 'ਚੋਂ ਨਸ਼ਾ ਖਤਮ ਕਰਨਾ ਹੈ ਤਾਂ ਸਰਕਾਰ ਦੇ ਨਾਲ ਨਾਲ ਲੋਕਾਂ ਨੂੰ ਵੀ ਇਕੱਠੇ ਹੋ ਕੇ ਚੱਲਣਾ ਪਵੇਗਾ ਅਤੇ ਸਰਕਾਰ ਦਾ ਸਾਥ ਵੀ ਦੇਣਾ ਪਵੇਗਾ। ਦੱਸ ਦੇ ਕਿ ਇਸ ਮੌਕੇ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਮਹਿਲਾਵਾਂ ਨੂੰ 1000 ਰੁਪਇਆ ਦੇਣ ਤੇ ਵੀ ਵੱਡਾ ਬਿਆਨ ਦਿੱਤਾ ਗਿਆ। ਇਹ ਤਾਂ ਗੁਰੂ ਨੇ ਕਿਰਪਾ ਕੀਤੀ ਹੈ ਜੀ, ਹਰੇਕ ਉਹ ਪ੍ਰਾਣੀ ਭਾਗਾਂ ਵਾਲਾ ਹੁੰਦਾ ਜਿਹਨੂੰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਦਾ ਮੌਕਾ ਮਿਲੇ। ਗੁਰੂ ਨੇ ਮੌਕਾ ਬਖਸ਼ਿਆ ਅਤੇ ਅਸੀਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਾਂਗੇ ਅਤੇ ਵਾਧੇ ਭਲੇ ਲਈ ਅਰਦਾਸ ਕਰਾਂਗੇ। ਸਰ, ਪੰਜਾਬ ਦੇ ਲੋਕਾਂ ਦੇ ਜਿਹੜੇ ਸਵਾਲ ਨੇ ਉਹ ਕਿਤੇ ਨਾ ਕਿਤੇ ਖੜੇ ਨੇ, 2 ਮਹੀਨੇ ਹੋ ਚੁੱਕੇ ਆ, ਲੋਕ ਕਾਫੀ ਉਮੀਦਾਂ ਲਗਾ ਕੇ ਬੈਠੇ, ਪੂਰੀਆਂ ਨਹੀਂ ਹੋਈਆਂ ਅਜੇ ਤੱਕ, ਬੜੀ ਬਿਜਲੀ ਦੇ ਮੁੱਦੇ ਨੇ, ਹੋਰ ਵੀ ਲੱਖਾਂ ਮੁੱਦੇ ਨੇ। ਦੇਖੋ ਜੀ, ਸਰਕਾਰ ਨਾਲ ਮੈਂ ਲਗਾਤਾਰ ਡਾਇਲੋਗ 'ਚ ਰਹਿੰਦਾ ਜੀ ਇਹਦੇ ਬਾਰੇ, ਔਰ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਗੱਲ ਕਹੀ ਗਈ ਹੈ ਕਿ ਜਿਹੜੀਆਂ 75 ਸਾਲਾਂ ਦੀਆਂ ਉਲਝਣਾਂ ਉਹਨਾਂ ਦਾ ਸਿਰਾ ਲੱਭਣ ਵਾਸਤੇ ਕੁਛ ਤਾਂ ਟਾਈਮ ਲੱਗੇਗਾ, ਔਰ ਪੰਜਾਬ ਦੇ ਲੋਕ ਮੇਰੇ ਖਿਆਲ ਇਸ ਗੱਲ ਨਾਲ ਸਹਿਮਤ ਵੀ ਹੈਗੇ। ਸਰ, ਨਸ਼ੇ ਵਾਸਤੇ ਖਤਮ ਕਰਨ ਵਾਸਤੇ ਕੁਛ ਖਾਸ ਕੀਤਾ ਵਾ, ਜਿਸ ਤਰ੍ਹਾਂ ਉਪਰਾਲਾ ਕੀਤਾ ਗਿਆ ਵੀ ਹਰ ਪਾਸੇ ਪਰਚੇ ਦਰਜ ਕੀਤੇ ਜਾਣ, ਤਾਂ ਲੱਗਦਾ ਕਿ ਜਲਦ ਤੋਂ ਜਲਦ ਖਤਮ ਹੋਏਗਾ? ਤੈਨੂੰ ਦੇਖੋ, ਇਹਦੇ ਲਈ ਸਰਕਾਰ ਅਤੇ ਸਮਾਜ ਨੂੰ ਦੋਹਾਂ ਨੂੰ ਇਕੱਠਿਆਂ ਹੋ ਕੇ ਕੰਮ ਕਰਨਾ ਪੈਣਾ, ਔਰ ਗੁਰੂ ਸਾਹਿਬ ਵੀ ਮਿਹਰ ਕਰਨ, ਕਿਉਂਕਿ ਬੜਾ ਬਹੁਤ ਵੱਡਾ ਇਹ ਇੱਕ ਤਰ੍ਹਾਂ ਦੀ ਮਹਾਂਮਾਰੀ ਹੈ ਜਿਹੜੀ ਨਸ਼ੇ ਹੈ। ਦਿਸ ਇਜ਼ ਸਟੇਟ ਆਫ ਐਮਰਜੈਂਸੀ, ਮੈਂ ਨਸ਼ਿਆਂ ਦੇ ਸੰਬੰਧ ਦੇ ਵਿੱਚ ਕਹਾਂ। ਸਰ, ਮਹਿਲਾਵਾਂ ਨੂੰ ਹਜ਼ਾਰ ਹਜ਼ਾਰ ਰੁਪਏ ਦਾ ਇੰਤਜ਼ਾਰ ਕਦੋਂ ਸ਼ੁਰੂ ਹੋਏਗਾ? ਇਹਦੇ ਲਈ ਜਿਹੜਾ ਨਾ ਉਹ ਜਾਂਦੇ ਜਾਂਦੇ ਖਜ਼ਾਨੇ ਦਾ ਥੱਲਾ ਹੀ ਲੈ ਗਏ ਜੀ, ਥੱਲਾ ਲੱਗ ਜੇ ਖਜ਼ਾਨੇ ਰੌਣਕ ਹੋ ਜੇ ਹੋ ਜਾਣਾ ਠੀਕ ਆ। ਦੱਸ ਦੇ ਕਿ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਵਿਰੋਧੀ ਪਾਰਟੀਆਂ 'ਤੇ ਨਿਸ਼ਾਨੇ ਸਾਧੇ ਗਏ ਅਤੇ ਇਲਜ਼ਾਮ ਲਗਾਇਆ ਗਿਆ ਕਿ ਵਿਰੋਧੀ ਪਾਰਟੀ ਖਜ਼ਾਨੇ ਦਾ ਥੱਲਾ ਹੀ ਆਪਣੇ ਨਾਲ ਲੈ ਗਏ। ਉਹਨਾਂ ਕਿਹਾ ਕਿ ਜਦੋਂ ਪੰਜਾਬ ਦੇ ਵਿੱਚ ਖਜ਼ਾਨਾ ਭਰੇਗਾ ਤਾਂ ਮਹਿਲਾਵਾਂ ਨੂੰ 1000 ਰੁਪਇਆ ਜ਼ਰੂਰ ਦਿੱਤਾ ਜਾਵੇਗਾ। ਦੱਸ ਦੇ ਕਿ ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਲੋਕਾਂ ਨੂੰ ਗਰੰਟੀਆਂ ਦਿੱਤੀਆਂ ਸੀ। ਹੁਣ ਸਰਕਾਰ ਬਣਨ ਤੋਂ ਬਾਅਦ ਜਦੋਂ ਪੱਤਰਕਾਰਾਂ ਵੱਲੋਂ ਇਹਨਾਂ ਗਰੰਟੀਆਂ ਬਾਰੇ ਸਵਾਲ ਪੁੱਛੇ ਜਾ ਰਹੇ ਨੇ ਤਾਂ ਆਮ ਆਦਮੀ ਪਾਰਟੀ ਦੇ ਆਗੂ ਪੱਤਰਕਾਰਾਂ ਤੋਂ ਕਿਤੇ ਨਾ ਕਿਤੇ ਆਪਣਾ ਪੱਲਾ ਛੁਡਾ ਕੇ ਖਿਸਕਦੇ ਹੋਏ ਵੀ ਨਜ਼ਰ ਆ ਰਹੇ ਨੇ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ।